ਮਸਲਾ ਜਿਹੜਾ ਇੱਦਾਂ ਹੀ ਹੈ ਕਿ ਮਤਲਬ ਕਿ ਉਹ ਨਸ਼ਾ ਪੱਤਾ ਵੇਚਦੇ ਨੇ ਉਹ ਜਿਹੜੇ ਜੁੰਡ ਨਾਂ ਦਾ ਕੋਈ ਇੱਥੇ ਬੰਦਾ ਰਹਿੰਦਾ ਡੈਮਗੰਜ ਗਲੀ ਨੰਬਰ 3 'ਚ, ਉਹ ਨਸ਼ਾ ਸ਼ਰਾਬ ਫੀਮ ਸਮੈਕ ਸਮੇਰ ਸਰੇਆਮ ਵੇਚਦਾ। ਉਹਨੂੰ ਕਈ ਵਾਰੀ ਆਪਾਂ ਸਮਝਾਇਆ ਕਿ ਕਾਕਾ ਇੱਥੇ ਇਹ ਇਲਾਕੇ 'ਚ ਇਹ ਕੰਮ ਨਾ ਕਰ, ਲੇਕਿਨ ਉਹ ਮੁੜਨ 'ਤੇ ਆਉਂਦਾ ਹੀ ਨਹੀਂ। ਇਸ ਕਰਕੇ ਉਹਨੂੰ ਉਹਦੀਆਂ ਆਪਾਂ ਸਰੇਆਮ ਉਹਦੀ ਪੇਟੀ ਮੇਰੇ ਬੇਟੇ ਨੇ ਉਹਨੂੰ ਪਕੜ ਕੇ ਉਹਨੂੰ ਸਮਝਾਇਆ ਕਿ ਜਾ ਨਿਕਲ ਜਾ ਇੱਦਾਂ ਨਾ ਘਰ, ਅਤੇ ਪੇਟੀ ਉਹਦੀ ਰੱਖ ਲਈ। ਅਤੇ ਉਸ ਬੰਦੇ ਨੇ ਜਾ ਕੇ 15-20 ਬੰਦੇ ਲਿਆ ਕੇ ਅਤੇ ਪਿਸਤਲਾਂ ਨਾਲ ਹਮਲਾ ਸਾਡੇ ਮੁੰਡੇ 'ਤੇ ਅਤੇ ਉਹਦੇ ਦੋਸਤਾਂ 'ਤੇ ਕਰ ਦਿੱਤਾ। ਕਿੰਨੇ ਕੁ ਬੰਦੇ 'ਚ ਜ਼ਖਮੀ ਹੋਏ ਤੁਹਾਡੇ? ਇਹਦੇ ਵਿੱਚ ਸਾਡੇ 2 ਬੰਦੇ ਜ਼ਖਮੀ ਹੋਏ ਨੇ, ਇੱਕ ਦਾ ਨਾਂ ਲਵ ਹੈ ਅਤੇ ਦੂਸਰੇ ਨਾਂ ਬਾਬਾ ਕਹਿੰਦੇ ਈਦਗਾਹ ਦਾ। ਅੱਛਾ, ਹੁਣ ਬੰਦੇ ਨੇ ਜਿਨ੍ਹਾਂ ਨੇ ਹਮਲਾ ਕੀਤਾ? ਇਹ ਹਮਲਾ ਕਰਨ ਵਾਲੇ ਬੰਦੇ, ਇੱਕ ਤਾਂ ਮੈਂ ਸੁਣਿਆ ਸੌਰਵ ਹੈ ਕੋਈ, ਇੱਕ ਮੈਂ ਸੁਣਿਆ ਕੋਈ ਆਪਣਾ ਉਸਦਾ ਨਾਂ ਹੈ ਜੋਂਟ ਕੁਮਾਰ, ਜਿਸਨੇ ਗੋਲੀਆਂ ਦੀ ਵਿਚਾਰ ਕੀਤੀ। ਅਤੇ ਜੋ ਬੰਦੇ ਲੈ ਕੇ ਆਇਆ ਐਕਸਟਰਾ ਬੰਦੇ, ਹੋਰ 10-15 ਨਾਲ ਸਨ। ਕੀ ਕਾਰਵਾਈ ਪੁਲਿਸ ਨੇ ਕੀਤੀ? ਪੁਲਿਸ ਨੇ ਸਾਡੇ ਖਿਲਾਫ਼ ਹੀ ਪਰਚੇ ਕਰ ਦਿੱਤੇ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਨੂੰ ਉਹਨਾਂ 'ਤੇ ਕਾਰਵਾਈ ਕਰਨ ਦੇ ਬਜਾਏ ਸਾਡੇ 'ਤੇ ਹੀ, ਇਟ ਮੀਨ ਮੇਰੇ 'ਤੇ, ਜਿਹਨੇ ਉਹਨਾਂ ਨੂੰ ਉੱਥੇ ਲਿਜਾ ਕੇ ਉਹਨਾਂ ਦਾ ਇਲਾਜ ਕਰਵਾਇਆ, ਮੇਰੇ 'ਤੇ ਹੀ ਪਰਚਾ ਕਰ ਦਿੱਤਾ। ਕੀ ਮੰਗ ਕਰਦੇ ਹਾਂ? ਅਸੀਂ ਕਮਿਸ਼ਨਰ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਜੋ ਵੀ ਜਾਂਚ ਕਰਕੇ ਇਸ ਪਰਚਿਆਂ ਨੂੰ ਕੈਂਸਲ ਕੀਤਾ ਜਾਵੇ, ਤਾਂ ਕਿ ਜਿਹੜੇ ਲੋਕ ਦੂਜਿਆਂ ਨੂੰ, ਉਹਨਾਂ ਨੂੰ ਵਿਸ਼ਵਾਸ ਹੋ ਸਕੇ ਕਿ ਪੁਲਿਸ ਸਾਰਿਆਂ ਨਾਲ ਨਿਆਂ ਹੀ ਕਰਦੀ ਹੈ। ਮੇਰਾ ਨਾਮ ਕਵਿਤਾ ਚਾਵਲਾ। ਕੀ ਜੇ ਸਾਰਾ ਮਸਲਾ ਜਿਹੜਾ ਜੀ ਝਗੜਾ ਆ? ਗੱਲ ਇੱਦਾਂ ਹੈ ਜੀ, 12:30 ਦੀ ਗੱਲ ਹੈਗੀ ਹੈ। ਬਾਹਰੋਂ ਖੱਪ ਰੋਲਾ ਸੁਣ ਕੇ ਨਾ, ਅਤੇ ਮੈਂ ਆਪਣੇ ਮਤਲਬ ਇਹਨਾਂ ਨੂੰ ਹਸਬੈਂਡ ਨੂੰ ਉੱਪਰੋਂ ਕੋਠੇ ਸੁੱਤੇ ਹੋਏ ਸੀ ਕਮਰੇ 'ਚ, ਅਤੇ ਇਹਨਾਂ ਨੂੰ ਆਵਾਜ਼ਾਂ ਦਿੱਤੀਆਂ, ਮੈਂ ਬੂਹਾ ਖੜਕਾਇਆ ਇਹਨਾਂ ਦਾ, ਅਤੇ ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਇੱਦਾਂ ਰੋਲਾ ਪਿਆ ਬਾਹਰ, ਕੀ ਝਗੜਾ ਹੋਇਆ ਬਾਹਰ, ਅਤੇ ਲਵ ਜਿਹੜਾ ਮੁੰਡਾ ਨਾ ਉਹਨੂੰ ਗੋਲੀ ਵੱਜ ਗਈ, ਇਸ ਤਰ੍ਹਾਂ ਕਰਕੇ ਸੁਣਿਆ ਮੈਂ। ਅਤੇ ਮੈਂ ਇਹਨਾਂ ਨੂੰ ਉਠਾ ਕੇ ਨਾ ਨਾਲ ਹੀ ਕਹਿ ਦਿੱਤਾ ਕਿ ਤੁਸੀਂ ਜਾਓ ਹੋਸਪਿਟਲ ਵਗੈਰਾ, ਇਹਨਾਂ ਨੂੰ ਐਡਮਿਟ ਕਰਵਾਓ, ਕੋਈ ਜਾਂਚ ਕਰਵਾਓ ਇਹਨਾਂ ਦੀ। ਬਾਕੀ ਸਾਡਾ ਇਹੋ ਹੀ ਹੈਗਾ ਕਿ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਜਾਂਦੀ ਹੈ ਕਿ ਸਾਡੇ ਪਰਿਵਾਰ 'ਤੇ ਜਿਹੜੇ ਝੂਠੇ ਪਰਚੇ ਪਾਏ ਜਾ ਰਹੇ ਨੇ, ਮੇਰੇ ਬੱਚੇ 'ਤੇ, ਮੇਰੇ ਆਦਮੀ 'ਤੇ, ਉਲਟਾ ਸਾਡੇ 'ਤੇ, ਅਸੀਂ ਉਹਨਾਂ ਦਾ ਇਲਾਜ ਕਰਵਾਉਣ ਗਏ, ਉਲਟਾ ਸਾਡੇ 'ਤੇ ਹੀ ਪਰਚੇ ਪਾ ਰਹੇ ਨੇ। ਕਿਸੇ ਚੰਗੇ ਜਿਹੇ ਅਫਸਰ ਕੋਲ ਜਾਂਚ ਕਰਵਾ ਕੇ ਨਿਆਂ ਕੀਤਾ ਜਾਵੇ ਸਾਡੇ ਪਰਿਵਾਰ ਨਾਲ। ਬਸ ਕੀ ਨਾਮ ਹੈ ਭਾਅ ਜੀ ਆਪਣਾ? ਸੰਨੀ ਚਾਵਲਾ ਨਾਮ ਮੇਰਾ ਸਰ। ਕੱਲ੍ਹ ਡੈਮਗੰਜ ਬਾਜ਼ਾਰ 'ਚ ਗੋਲੀ ਚੱਲੀ ਹੈ, ਕੀ ਚੱਕਰ ਹੈ? ਸਰ ਉਹ ਹਰਮਨ ਜੁੰਡ ਨਾਮ ਆ ਮੁੰਡੇ ਦਾ, ਉਹ ਸਰੇਆਮ ਹੀ ਨਸ਼ੇ ਦੀ ਤਸਕਰੀ ਕਰਦਾ, ਫੀਮ ਸ਼ਰਾਬ ਸਮੈਕ ਸਰੇਆਮ ਵੇਚਦਾ। ਉਹਨੂੰ ਪਹਿਲੇ ਵੀ ਕਈ ਵਾਰੀ ਆਪਾਂ ਸਮਝਾਇਆ ਸਾਡੇ ਇਲਾਕੇ ਮੁਹੱਲੇ ਵਿੱਚ ਨਸ਼ਾ ਵੇਚਣਾ ਆਪਾਂ ਨਹੀਂ ਦੇਣਾ, ਜੋ ਮਰਜ਼ੀ ਹੋਏ ਜਾਂ ਆਪਾਂ ਮਰ ਜਾਵਾਂਗੇ, ਜਾਂ ਪੁਲਿਸ ਨੂੰ ਵੀ ਕੰਪਲੇਂਟਾਂ ਦਿੱਤੀਆਂ, ਇਹਨਾਂ ਨੂੰ ਆਪਾਂ ਕਈ ਵਾਰੀ ਕਿਹਾ ਨਸ਼ਾ ਬੰਦ ਕਰੋ। ਫਿਰ ਕੱਲ੍ਹ ਸਰੇਆਮ ਫੀਮ ਅਤੇ ਨਾਲ ਸ਼ਰਾਬ ਦੀ ਪੇਟੀ ਲੈ ਕੇ ਦੇਣ ਜਾ ਰਿਹਾ ਸੀ, ਆਪਾਂ ਰੰਗੇ ਹੱਥੋਂ ਫੜਿਆ, ਇਹਦੀ ਕਾਰਵਾਈ ਕੀਤੀ ਇਹਨੇ। ਉਸ ਤੋਂ ਬਾਅਦ 25-30 ਮੁੰਡੇ ਲਿਆ ਕੇ ਬਾਹਰ ਦੇ, ਸਰੇਆਮ ਫਾਇਰਿੰਗ ਕੀਤੀ ਸਾਡੇ 'ਤੇ। ਸਾਡੇ 2 ਫਰੈਂਡ ਮੇਰੇ, ਇੱਕ ਦਾ ਨਾਂ ਕਨਿਸ਼ ਲਵ, ਇੱਕ ਦਾ ਗੌਰਵ ਬਾਬਾ, ਉਸ ਇੱਕ ਦੇ ਲੱਤ 'ਤੇ ਗੋਲੀ ਵੱਜੀ, ਇੱਕ ਦੇ ਸਿਰ 'ਤੇ ਗੋਲੀ ਵੱਜੀ, ਦੋਨੋਂ ਇਸ ਟਾਈਮ ਸੀਰੀਅਸ ਹੈ, ਕੇਡੀ ਹੋਸਪਿਟਲ ਵਿੱਚ ਦਾਖਲ ਹੈ। ਉਹਨਾਂ ਦੇ ਉਲਟ ਸਾਡੇ 'ਤੇ ਕਾਰਵਾਈ ਉਹਨਾਂ ਦੇ ਕਰਨ ਦੇ ਬਜਾਏ ਸਾਡੇ 'ਤੇ ਕਾਰਵਾਈ ਕਰਤੀ ਪੁਲਿਸ ਨੇ, ਸਾਡੇ 'ਤੇ ਪਰਚੇ ਦੇ 'ਤੇ ਆ। ਆਪਾਂ ਕਮਿਸ਼ਨਰ ਸਾਹਿਬ ਕੋਲ ਮੰਗ ਕਰਦੇ ਹਾਂ ਇਨਸਾਫ ਕੀਤਾ ਜਾਵੇ, ਚੰਗੀ ਤਰ੍ਹਾਂ ਤਫਤੀਸ਼ ਕੀਤਾ ਜਾਵੇ ਕਿਹੜਾ ਗਲਤ ਕਿਹੜਾ ਸਹੀ ਹੈ। ਕੌਣ ਨੇ ਦੋਸ਼ੀ ਬੰਦੇ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ?
ਹਰਮਨ ਨਾਰ ਜੋਂਡੇ ਦੇ ਨਾਲ ਸੌਰਵ ਏ ਦੇ ਨਾਲ ਇੱਕ ਪੰਜੀ ਤੇ ਅਨਪਛਾਤੇ ਨਾਲ ਭਰਾ ਇੱਕ। ਕਿੰਨਾ ਕੁ ਜਾਨੀ ਮਾਲੀ ਨੁਕਸਾਨ ਹੋਇਆ ਲੜਾਈ? ਨੁਕਸਾਨ ਤਾਂ ਉਹ ਤਾਂ ਹੈਗਾ, ਗਰੀਬ ਮਾਤੜ ਬੰਦਾ ਜਿਹੜੇ ਫਰੈਂਡ ਆ ਮੇਰੇ ਜਿਨ੍ਹਾਂ ਦੇ ਗੋਲੀਆਂ ਵੱਜੀਆਂ, ਉਹਨਾਂ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਅਤੇ ਆਪਾਂ ਮਗਰ ਗਏ ਹਾਂ ਅਤੇ ਪੁਲਿਸ ਸਾਨੂੰ ਹਰਾਸਮੈਂਟ ਕਰਨ ਦੀ, ਸਾਨੂੰ ਉੱਤੋਂ ਫੜਨ ਦੀ ਹੈ। ਕੀ ਮੰਗ ਕੀ ਕਰਦੇ ਪੁਲਿਸ? ਅਸੀਂ ਮੰਗ ਇਨਸਾਫ ਮੰਗਦੇ ਹਾਂ, ਜਿਹੜਾ ਸੱਚਾ ਪਰਚਾ, ਜਿਹੜਾ ਝੂਠਾ ਬੰਦਾ ਉਹ 'ਤੇ ਪਰਚਾ ਦਿਓ, ਜਿਹੜਾ ਸੱਚਾ ਉਹ 'ਤੇ ਇਨਸਾਫ ਕਰ, ਪਰਚਾ ਕੈਂਸਲ ਕੀਤਾ ਜਾਵੇ ਸਾਡਾ। ਇਹਦੇ ਕੱਲ੍ਹ ਰਾਤ ਕਰੀਬ 12 ਵਜੇ, ਅੱਧੀ ਰਾਤ ਨੂੰ, ਦੋ ਇੱਥੇ ਹੈਗੇ ਗਰੁੱਪ ਹੈ, ਇੱਕ ਹਰਮਨਜੋਤ ਹੈ, ਹਰਮਨਜੋਤ ਜੁੰਡ, ਅਤੇ ਇੱਕ ਸਨੀ ਚਾਵਲਾ। ਇਹਨਾਂ ਦੋਵਾਂ ਧਿਰਿਆਂ ਦਾ ਆਪਸ ਵਿੱਚ ਕੋਈ ਤਕਰਾਰ ਹੋਇਆ ਸੀਗਾ, ਉਹਦੇ ਤਕਰਾਰਬਾਜ਼ੀ ਸੀ, ਮੁੜ ਕੇ ਜਿਹੜੀ ਸ਼ਬਦਾਂ ਦੀ ਗੱਲ ਸੀ, ਇਹ ਮੁੜ ਕੇ ਕਰਦੇ ਕਰਦੇ ਬੋਤਲਾਂ ਚਲਾਉਣ ਲੱਗ ਗਏ, ਬੋਤਲਾਂ ਤੋਂ ਚੱਲਦੇ ਤਾਂ ਮੁੜ ਕੇ ਗੋਲੀ ਵੀ ਚੱਲੀ ਹੈ। ਇਹਦੇ ਸੰਬੰਧ 'ਚ ਉਸੇ ਤਵੇਂ ਪੁਲਿਸ ਪਾਰਟੀ ਦੇ ਮੌਕੇ 'ਤੇ ਪਹੁੰਚ ਕੇ ਅਤੇ ਗੋਲੀ ਚਲਾਉਣ ਵਾਲਾ ਜਿਹੜਾ ਮੇਨ ਦੋਸ਼ੀ ਹੈ ਹਰਮਨਜੋਤ ਦਾ, ਉਹਨੂੰ ਕਾਬੂ ਕਰ ਲਿਆ ਸੀ ਅਤੇ ਮੁਕੱਦਮਾ ਦਰਜ ਕੀਤਾ। ਨਹੀਂ ਜਾਨੀ ਨੁਕਸਾਨ ਨਹੀਂ, ਇੱਕ ਬੰਦਾ ਲੀਡ ਕਹਿ ਰਿਹਾ ਵੀ ਮੇਰੇ ਵੱਜੀ ਹੈ, ਇਹ ਮੈਡੀਕਲ ਐਗਜ਼ਾਮੀਨੇਸ਼ਨ ਕਰਾ ਕੇ ਸਾਰੀ ਫਿਰ ਕਲੀਅਰ ਹੋਊਗੀ। ਝਗੜੇ ਆਪਦੀ ਨਿੱਕੀ ਨਿੱਕੀ ਇਹਨਾਂ ਦੀ ਖੈ ਵੱਜ ਗਿਆ, ਹੁਣ ਤਫਤੀਸ਼ ਕਰਾਂਗੇ, ਸਾਰੀ ਗੱਲ ਕਲੀਅਰ ਹੋ ਜੂਗੀ।